गुड मॉर्निंग फ्रेंड्स, वेलकम बैक टू आवर चैनल गुरसीरत चीमा। ते आज ये साडा रिजल्ट डे, ते आज मैं काफी नर्वस ही हुई भी हूं, क्योंकि पिछली बार भी मैं बहुत नर्वस था, क्योंकि रिजल्ट डे ते किन्नी नर्वसनेस नहीं हुंदी। ते एक्साइटमेंट है। अच्छा, क्योंकि मेरा पेपर बहुत इजी है। आजा फते इधर आजा, क्योंकि मैं फ्रंट कैमरा के ना तेनु भी दिखावा। मैंने थोड़ी जी नर्वसनेस से पापा मम्मा कह रहे हैं कि साड़ी शिकायतें लाएंगे, तो मैंने उसकी थोड़ी टेंशन लगी है। वैसे तो मेरे एग्जाम्स वधिया हुए ने सारे, तो मेरे उत्ते भार ना पा भरावा, अभी हो रहे हैं मैं तो फतेह हो गया रेडी, तो हूँ असं जावे। तो हम अज मैं हो जाऊंगी प्रमोटेड क्लास 8th विच, तो एक्साइटेड हाँ मैं। तो जाएंगे बोल रहा है फ्रेंड्स, तुम वीडियो देखने पहला फटाफट वीडियो कर दो लाइक, तो चलो शुरू कर दें। बाय बाय। ਇਹ ਕੀ ਕਰਨ ਲੱਗ ਗਏ? ਮੈਂ ਖੋਲ ਰਿਹਾ। ਮੈਂ ਜੀ ਖੋਲੋ। ਸਿਰਤ ਕਿੱਥੇ? ਸਿਰਤ ਬਾਹਰ ਨੇ। ਸਿਰਤ? ਸਿਰਤ ਅੰਦਰ ਆਈ। ਕਦੇ ਦੀਦੀ ਵੀ ਕਹਿ ਲਿਆ ਕਰ ਫਤੇ। ਸਿਰਤ ਦਾ ਲੱਗ ਰਿਹਾ। ਇਹ ਤੋੜਨਾ ਨਹੀਂ। ਟਕਾਈ ਨਹੀਂ ਲੱਗਦੀ, ਕਿਉਂ ਗਿੱਲੇ ਪੋਚੇ ਤੇ ਤੁਰਦੇ ਪਏ? ਤੂੰ ਵੀ ਆਪਣਾ ਲਿਆ ਆਵਲਾ। खराब हो गई बार वाली वड्डी, फिर असि इत्थों वाली उतार के उत्थे लाए। थोड़ा मैं टाइम टेबल च पैसे सारे गंदा हो गया थे ना, समा रहे है इत्थे इत्थे किल लवा के उत्ते ते एवें लगवा दूंगा। ठीक है, छेती करो, लेट हो गए स्कूल जाना, जल्दी करो। सब तो ज्यादा शिकायतां अज मैं ही लानी है, फोन बड़ा वेखदा। क्या हुआ मेरे भाई? खुश है ना? मैनू सिर्फ डर इस चीज का कि मैं ਕਿਤੇ ਵੀ ਦੀ ਸ਼ਿਕਾਇਤਾਂ ਸ਼ਕੂਤਾਂ ਨਾ ਲਾਵਾਂ ਸੀਰਤ ਨੂੰ, ਹੈ ਨਾ ਸੀਰ? ਪਰ ਸੀਰਤ ਨੇ ਹੁਣ ਪ੍ਰੋਮਿਸ ਕੀਤਾ ਕਿ ਮੈਂ ਸ਼ਰਾਰਤਾਂ ਨਹੀਂ ਕਰਾਂਗੀ ਤੇ ਸਿਆਣੀ ਬਣਾਂਗੀ ਮੈਂ। ਬਾਕੀ ਅੰਦਰ ਚੱਲਨੇ ਵੇਨੇ ਕੀ ਸੀ ਨੇ ਸੀਰਤ? ਆਮ ਪ੍ਰੋਮੋਟਿਡ ਟੂ ਨੈਕਸਟ ਕਲਾਸ। ਇੱਥੇ ਕਲੋਜ਼ ਚੱਲ, ਤੇਰੀ ਸੈਲਫੀ ਲੈਣੇ ਵਿੱਚ ਫੋਟੋਸ ਲੈਣ, ਸੈਲਫੀ ਮੈਂ ਫਟ ਚੱਲ ਫਤੇ ਫੋਟੋ ਲੈਣਾ ਰੋਕ ਜਾ ਮੈਂ। ਹੁਣ ਫਤੇ ਦਾ ਪਹਿਲਾਂ ਸਭ ਤੋਂ ਪਹਿਲਾਂ ਥਰਡ ਬੀ, ਤੇ ਚਲੋ डोंट बी नर्वस मैम। पते दी मार्कशीट अगर लिखना है तो उसको 2 मिनट में लिख के दे देता, अगर नहीं लिखा तो लपट के जो वाल देखो कि ये सब बोए तो वाल बाज नाल अंदर करने पर बाज जा नहीं सकता। फते स्माइल लिख के अपना करेगा, सुनो लगे ठीक है कोई बात नहीं। ਇਹ ਸਭ ਤੋਂ ਪਹਿਲਾਂ ਸਵੇਰ ਦਾ ਉੱਠਿਆ ਹੋਇਆ ਹੈ, ਬਹੁਤ ਜ਼ਿਆਦਾ ਐਕਸਾਈਟਮੈਂਟ ਸੀ ਰਿਜ਼ਲਟ ਦੇ। ਹਾਂ
कुलदीप मैम फतेह दे क्लास टीचर ने मेन जिहड़े थैंक यू बोल दो मैम ने सारे रिव्यू वधिया दित्ते ने भी फतेह बड़ा सियाणा हो गया अगे नालों ते इंटेलीजेंट भी हो गया वेरी गुड ਸੀਰਤ ਓ ਸੋਰੀ 8th ਬੀ ਚ ਆਣਾ ਹੁਣ ਅੱਗੇ ਸੋਰੀ 7th ਬੀ ਹੈ ਹੁਣ 7th ਬੀ ਅਸੀਂ ਰੱਦੀ 8th ਬੀ ਚ ਹੁਣ ਪ੍ਰਮੋਟ ਹੋ ਜਾਣਾ ਅੱਜ ਚਲੋ ਵੇਖਨੇ ਆ ਬਈ ਐਂਟਰ ਕਰੋ ਸਤਨਾਮ ਵਾਹਿਗੁਰੂ ਦਾ ਨਾਮ ਲੈ ਕੇ ਮੈਂ ਬੈਠੇ ਨੇ ਨਾਲ ਹੁਣ ਸੀਰਤ ਦਾ ਮਿਲ ਗਿਆ ਰਿਪੋਰਟ ਕਾਰਡ ਤੇ ਵੇਖਨੇ ਇਹਦੇ ਚ ਹੁਣ ਕੀ ਕੀ ਬਾਕੀ ਸਾਰੇ ਧਿਆਨ ਠੀਕ ਨੇ ਮੈਥ ਚ ਡਾਊਨ ਰਹਿ ਗਈ ਸੀ ਗ੍ਰੇਡਸ 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 ਟੋਟਲ ਮੈਂ ਮਾਰਕਸ ਕਿੰਨੇ ਨੇ ਉਬਟੇਨ 100 ਕਿੱਥੇ ਟੋਟਲ ਫਾਈਨਲ ਕਿੱਥੇ ਆ ਵਾਲਾ 86 88 94 64 ਮੈਥ 64 ਓਨਲੀ 84 73 89 ਬਾਕੀ ਸਾਰੇ ਵਧੀਆ ਨੇ ਸਿਰ ਮੈਥ ਤੇ ਬਾੜੇ ਜੀ ਕੋਈ ਨਹੀਂ ਵਧੀਆ ਨੇ ਯਾਰ 90 ਪਲੱਸ ਹੋਣੇ ਚਾਹੀਦੇ ਹੈ 90 ਪਲੱਸ ਕੁਰੇ ਆ 90 ਪਲੱਸ ਹੋ ਜਾਂਦੇ जशन का भी लेने रिपोर्ट कार्ड देखने सीरत तेरी टोटल की आया तेरा सीरत टोटल निमरत तो कटवाऊंगी मैं जशन कि ਅਦੇ ਹੱਥ ਪਿੱਛੇ ਕਰੋ ਹਾਂ ਐਵੇਂ ਕਾ ਤੋ ਲੱਗਦਾ ਪਿਆ ਕਿ ਇਹਨਾਂ ਨੇ ਇਹਦੇ ਵਿੱਚ ਐਡਿਟ ਕੀਤਾ ਹੈ ਇੱਕ ਬੱਚਾ ਚਲੋ ਹੁਣ ਠੀਕ ਹੈ ਕੁੱਲ ਮਿਲਾ ਕੇ ਬਸ ਤੇਰਾ ਸਿਰਫ ਮੈਂ ਡਿਸਪੋਇੰਟਡ ਹਾਂ ਕਿ ਮੈਥ ਇਸ ਤੋਂ ਸਿਰਫ 64% ਨੰਬਰ 100 ਦਾ ਹੀ ਨਾ ਸਿਰਫ 100 ਚੋਂ 64 ਨੇ ਟਿਊਸ਼ਨ ਲਗਾ ਕੇ ਰੱਖੀ ਹੈ ਹੁਣ ਤੇਰੇ ਨਾਲ ਕਟਾਪਾ ਨਹੀਂ ਹੁਣ ਅੱਗੇ ਤੋਂ ਟਿਊਸ਼ਨ ਵਾਲੀ ਮੈਮ ਕੋਲ ਵੀ ਚੱਲੀ ਗਈ ਕਿ ਨਹੀਂ 90% ਤੋਂ ਮਾਰਕਸ ਹੁਣ ਆਪਾਂ ਨੂੰ ਆਪੇ 8th ਕਲਾਸ ਹੈ ਤੇ ਮੈਨੂੰ 90% ਤੋਂ ਉੱਤੇ ਉੱਤੇ ਚਾਹੀਦੇ ਹੀ ਚਾਹੀਦੇ ਨੇ ਬਸ ਹੁਣ ਐ ਨਹੀਂ ਮੈਨੂੰ ਪਤਾ ਹਾਂ ਹੁਣ ਵੀ 90 ਦੇ ਨੀਅਰ ਅਬਾਊਟ ਹੈ ਹੀ ਨੇ ਪਿਛਲੀ ਵਾਰ ਮੈਂ 6th ਵਿੱਚ 89 ਸੀ ਹੈ 6th ਵਿੱਚ ਮੇਰੇ 89% ਸਨ 89 ਸਨ ਨਾ ਨਹੀਂ 82 89 ਸਨ ਨਹੀਂ ਮੇਰੇ ਤੋਂ ਜਾਓ 89 ਸਨ ਲਾਸਟ ਵਾਰੀ ਯਾਰ ਤੂੰ ਸਾਰੇ ਕੋਈ ਜਾਂਦੇ ਹੋ 80 ਸਨ 82 ਸਨ ਮੇਰੇ 89 ਸਨ ਪਿਛਲੀ ਵਾਰ 80 ਚਲ ਹੁਣ ਘਰ ਘਰ ਜਾ ਕੈਲਕੂਲੇਟ ਕਰਨੇ ਮੇਰੇ ਖਿਆਲ ਅਬਾਊਟ 90 ਨੇ ਯਾਰ 90 ਦੇ ਹੀ ਨੇ ਯੂਨੀਫਾਰਮ ਵਾਲਾ ਤੇ ਗਾਹ ਪਿਆ ਇੱਥੇ ਮੇਲਾ ਲੱਗਾ ਭੀੜ ਭੀੜ ਸਾਰੇ ਪਾਸੇ ਬਾਕੀ ਵੇਨੇ ਹੁਣ ਕੀ ਸੀਨ ਹੈ ਬਸ ਅੱਜ ਇੱਥੇ ਬਾਹਰ ਹੀ ਰੱਖਤਾ ਇਹਨਾਂ ਨੇ ਵੀ ਇੱਥੋਂ ਹੀ ਸੇਲ ਲਾਤੀ ਸੇਲ ਲਾਤੀ ਸੇਲ 'ਚ ਚੁੱਕੋ ਤਾਂ ਔਖਾ ਹੀ ਕੰਮ ਮੇਰੇ ਹਿਸਾਬ ਨਾਲ ਅੱਜ ਅੱਜ ਨਹੀਂ ਮਿਲਣੀਆਂ ਬਾਈ ਬੜਾ ਟਾਈਮ ਹੈ ਮੁਸ਼ਕਲ ਹੈ ਪੈਂਟ ਲੈਣੀ ਹੈ ਸਕਰਟ ਨਹੀਂ ਲੈਣੀ ਮੈਂ ਸਕਰਟ ਨਹੀਂ ਵੀਅਰ ਕਰਨੀ ਹੈਗੀ ਬਟ ਸਕੂਲ 'ਚ ਫਿਰ ਸਕਰਟ ਪੁੱਛ ਲੈ ਟੀਚਰ ਜਿਵੇਂ ਕਹਿਣਗੇ ਜੀਰਤ ਯੂਨੀਫਾਰਮ ਲੈਣ ਲੱਗੇ ਜਾਣਾ ਜਿਵੇਂ ਸਬਜ਼ੀ ਮੰਡੀ 'ਚ ਨਾ ਸੇ ਜਾਂ ਕੱਪੜਿਆਂ ਦੀ ਸੇਲ ਲੱਗੀ ਹੁੰਦੀ ਹੈ ਸਬਜ਼ੀ ਮੰਡੀ ਦੀ ਲੱਗੀ ਹੁੰਦੀ ਉਹ ਸਿਸਟਮ ਹੈ ਕਿੰਨਾ ਕਿੰਨੇ ਟਮਾਟਰ ਬੁਰਾ ਐਤਕੀ ਫਸਟ ਟਾਈਮ ਇਹਨਾਂ ਨੇ ਐਵੇਂ ਸਿਸਟਮ ਕੀਤਾ ਜਿਵੇਂ ਸੇਲ ਲੱਗੀ ਅਰਜਾ ਸਰੀ ਵੀ ਆ ਗਏ ਨੇ ਇੱਧਰ ਸਮਰ ਸਮਰ ਨੇ ਕੜਾਕੇ ਕੱਢਦੇ ਨੇ ਬਾਈ ਹਰਜਾ ਵਿਖਾ ਵੀ ਆਪਣਾ ਰਿਜ਼ਲਟ ਵਿਖਾ ਕਿੱਥੇ ਜਰਾ
ਬਖਾਂਦਾ ਇਹ ਨਾਲੇ ਕਾਲਾ ਮਾਲਾ ਕਰ ਦੀ ਤੈਸ ਕੀ ਸਾਰਿਆਂ ਨੇ ਸੁਧਰ ਜੋ ਇੰਟੈਲੀਜੈਂਟ ਬੱਚੇ ਬਣੋ ਮਿਹਨਤ ਕਰੋ ਇਹਨੂੰ ਗੁਰੀ ਨੂੰ ਵੇਖੋ ਕੱਲੀ ਕਿਵੇਂ ਮਸਤੀ ਫਿਰਦੀ ਹੋ ਗੁਰੀ ਗੁਰੀ ਸੇ ਹੈਲੋ ਹੈਲੋ ਕਰੋ ਹੈਲੋ ਕਰੋ ਹੈਲੋ ਕਰ ਦਿਓ ਆਪਣੇ ਸੈਂਡਲ ਵੀ ਇਹਨੇ ਲਾ ਕੇ ਸਮਰ ਨੂੰ ਫੜਾਏ ਨੇ ਅਤੇ ਭੱਜੀ ਫਿਰਦੀ ਚਲੋ ਇੰਜੋਏ ਕਰੋ ਮਸਤੀ ਕਰੋ ਖੇਡੋ ਜਾਓ ਫਤਿਹ ਵੀਰੇ ਨੂੰ ਫੜ ਲਓ ਇਹ ਹਰਜਸ ਦੀ ਸਿਸਟਰ ਹੈ ਗੁਰੀ ਕਹਿੰਦੀ ਹੁਣ ਲੈ ਤੇ ਆਉਂਦੀ ਸਾਰੀ ਮਿਲ ਗਿਆ जट पीजा वेने भी जट पीजा बाई आले की खवांदे ने नाल इन्हां दे 727 स्वीट वॉक बेकरी ओके बेकरी चॉकलेट आइस तेन मिठा पीजा खाली खान नहीं की खाना आइटम बोलना चलो पर लो वेने भी बाई खाना कुकी सिस्टम है केड़ा क्रस्ट पीजा हीर दा चलो खाओ पहले थक गया गर्मी होगी थकावट सुस्ती पैन लग जाती है बच्ची जी नवी क्लासा प्रमोट हो गए गेमा गोलियां गालियां करो बंद पढ़ाई शुरू कर लो अपलोड ठीक है दो ਬਾਏ।
दस्यो कमेंट करके किदां लग्या व्लॉग, काफी दिन बाद पाया। सो कीप सपोर्टिंग चैनल, सबसक्राइब कर दो जिन्हें नहीं किया, एंड वीडियो कर दो लाइक। मिलते हैं तुहानू फिर किसी नैक्सट वीडियो के नाल। उदों लई बाय बाय।